ਰੋਪੜ 'ਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਅੱਜ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਬਿਕਰਮ ਮਜੀਠੀਆ ਨੇ ਇੱਕ ਵੀਡੀਓ ਵੀ ਜਨਤਕ ਕੀਤੀ ਅਤੇ ਨਾਲ ਦੀ ਨਾਲ ਕਈ ਸਬੂਤ ਵਿਖਾਏ। ਉਹਨਾਂ ਨੇ ਇਲਜ਼ਾਮ ਲਾਇਆ ਕਿ ਰੋਪੜ ਦੇ SSP ਰਹਿ ਚੁੱਕੇ ਸੋਨੀ ਹੀ ਨਜਾਇਜ਼ ਮਾਈਨਿੰਗ ਕਰਾ ਰਹੇ ਨੇ। ਹਾਲਾਂਕਿ ਸੋਨੀ ਦਾ ਤਬਾਦਲਾ ਹੁਣ ਰੋਪੜ ਤੋਂ ਮੋਗੇ ਹੋ ਗਿਆ, ਪਰ ਬਿਕਰਮ ਸਿੰਘ ਮਜੀਠੀਆ ਨੇ ਕੀ ਕਿਹਾ ਤੁਸੀਂ ਵੀ ਸੁਣੋ ਅਤੇ ਦਿਓ ਆਪਣੀ ਰਾਏ। ਦੀ ਜਾਂਚ ਕਿਉਂ ਨਾ ਹੋਵੇ, ਇਜੀ ਇਸ ਸੋਨੀ ਅਬਵ ਲਾ, ਜਿਹੜੀ ਜ਼ਮੀਨ ED ਨੇ ਜ਼ਬਤ ਕੀਤੀ ਹੋਵੇ, ਉਸ ਜ਼ਮੀਨ ਤੇ ਇਲੀਗਲ ਮਾਈਨਿੰਗ ਹੋ ਰਹੀ ਹੋਵੇ ਔਰ SSP ਇਜ਼ ਸਲੀਪਿੰਗ ਓਵਰ ਇਟ, ਤੇ ਫਿਰ ਉਹ ਤੇ ਕਾਰਵਾਈ ਬਣਦੀ ਹੈ ਕਿ ਨਹੀਂ ਬਣਦੀ? ਕਿਉਂਕਿ ਉਹ ਪੈਸਿਆਂ ਦੀ ਉਹਨਾਂ ਨੇ ਬੜੀ ਮਿਲੀ ਭੁਗਤ ਨਾਲ, ਵੇਖੋ SSP ਕਿੱਡਾ ਸ਼ਰਾਰਤੀ ਹੈ, ਇਹਨੇ ਕਹੂਗਾ ਜੀ ਮੈਂ ਤਾਂ FIR ਦਰਜ ਕਰਤੀ, ਮਗਰ FIR ਦਰਜ ਕਿਹੜੀ ਕੀਤੀ ਹੈ? ਨਹੀਂ ਮੈਂ ਉਹਦੀ ਕੱਢੀ ਸੀ, ਆ FIR ਇਹਦੀ ਹੈ, ਆਈ ਟੋਲਡ ਯੂ ਟੂ ਰੀਡ ਇਟ, ਚੱਲ ਮੈਂ ਹੁਣੇ ਕੱਢ ਦਿੰਦਾ ਜੀ। ਪਹਿਲਾਂ ਤਾਂ ਆਹ ਵੇਖ ਲਓ, ਆਹ ਵਿਖਾ ਦੇ ਵੀਡੀਓ, ਆਹ ਫੋਟੋ ਵਿਖਾ ਦੇ। ਹੁਣ ਆਹ ਮੇਨ ਆ ਸਾਰੇ ਤੁਹਾਨੂੰ ਦੱਸ ਦਿਆਂ, ਜਿਹੜਾ ਕਰਤਾ ਧਰਤਾ ਨੇ ਜੀ, ਆਹ ਤੂੰ ਵਿਖਾ ਦੇ ਵੀਰੇ ਵਿਖਾਉਣੇ, ਚਲੋ ਕੱਟ ਲਓ। ਆ ਤੁਹਾਨੂੰ ਮੈਂ ਫੋਟੋ ਵਿਖਾ ਰਿਹਾ, ਹਰਜੋਤ ਬੈਂਸ, ਸੋਨੀ, ਆਹ ਤਿੰਨ ਬੰਦੇ ਹੁਣ ਸਮਝਣੇ ਬੜੇ ਜ਼ਰੂਰੀ ਆ। ਇਹ ਹੈਗਾ ਜੀ ਟਿੱਕਾ ਸਿੰਘ, ਇੱਕ ਮੈਂ ਟਵੀਟ ਕੀਤੀ ਸੀ ਵਿੱਚ, ਆਈ ਵਿਲ ਸ਼ੇਅਰ ਅਗੇਨ, ਤੂੰ ਸ਼ੇਅਰ ਕਰ ਸਕਦਾ, ਨਿਊ ਸਤਲੁਜ ਵਾਲੀ ਖੈੜਾ ਕਲਮੋਟ ਦੀ ਮੈਂ ਇੱਕ ਕੀਤੀ ਸੀ ਜੀ, ਖੈੜਾ ਕਲਮੋਟ ਵਾਲੀ ਇੱਕ ਟਵੀਟ ਹੈ, ਉਹ ਤੋਂ ਮੰਗਾ ਲਓ ਆਪਣੇ ਤੋਂ, 75 ਤੁਹਾਨੂੰ ਭੇਜ ਦੂੰਗਾ। ਹੁਣੇ ਤੁਹਾਨੂੰ ਮੈਂ ਟਵੀਟ ਕਰੂੰ, ਜਿਹਦੇ 40-40 ਫੁੱਟ ਟੋਏ ਹੋ ਗਏ, ਥੱਲਿਓ ਪਾਣੀ ਨਿਕਲ ਆਇਆ, ਉਹ ਕਈ ਚੈਨਲਾਂ ਨੇ ਕਵਰ ਵੀ ਕੀਤੀ ਸੀ, ਅਮਨ ਮੇਰਾ ਵੀ ਤੁਸੀਂ ਵੀ ਕਰਤੀ ਸੀ ਉਸ ਦਿਨ ਕਿਰਪਾ ਥੋੜ੍ਹੀ ਜਿਹੀ, ਅਤੇ ਉਹ ਜਗ੍ਹਾ 'ਤੇ ਜਾ ਕੇ ਆ ਖੇੜਾ ਕਲਮੋਟ ਜੀ ਨਾ, ਆ ਇਹ ਹੁਣ ਰੋਪੜ 'ਚ ਜਿਹੜਾ ਇਹ ਹੱਦਬਸਤ ਹੈ, ਖੇੜਾ ਕਲਮੋਟ ਅਤੇ ਦੂਜਾ ਨੈਨ ਨਾਨਗਰਾ, ਉਹਦੀ ਕੋਈ ਕਲੀਅਰੈਂਸ ਹੀ ਨਹੀਂ ਇਨਵਾਇਰਮੈਂਟ ਦੀ, ਮਗਰ ਉੱਥੇ 800 ਏਕੜ 'ਚ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਇਹ ਕਰਨ ਵਾਲੇ ਕੌਣ? ਇਹ ਜਿਹੜਾ ਮੈਂ ਤੁਹਾਨੂੰ ਫੋਟੋ ਭੇਜੀ ਸੀ, ਆਹ ਭਾਈ ਸਾਹਿਬ ਨੇ ਟਿੱਕਾ ਸਿੰਘ, ਹੁਣ ਗੱਲ ਬੜੇ ਧਿਆਨ ਨਾਲ ਸੁਣਿਓ, ਟਿੱਕਾ ਸਿੰਘ ਕੌਣ ਹੈ? ਟਿੱਕਾ ਸਿੰਘ ਹੈ ਬਚਿੱਤਰ ਦਾ ਸਾਢੂ। ਬਚਿੱਤਰ ਕੌਣ ਹੈ? ਸੋਹਲ ਸਿੰਘ ਦਾ ਭਰਾ। ਸੋਹਲ ਸਿੰਘ ਕੌਣ ਹੈ? ਆਹ ਬੱਬੂ ਗੋਸ਼ੇ ਦਾ ਡੈਡੀ, ਹਰਜੋਤ ਬੈਂਸ ਦਾ। ਤਾਂ ਮੈਂ ਫੋਟੋ ਲਾਈ ਆ, ਆ ਰਿਹਾ ਬਚਿੱਤਰ, ਆ ਰਿਹਾ ਸੋਹਨ ਸਿੰਘ, ਅਤੇ ਆ ਰਿਹਾ ਟਿੱਕਾ ਸਿੰਘ। ਸਾਰਾ ਇਲੀਗਲ ਮਾਈਨਿੰਗ ਦਾ ਜਿਹੜਾ ਰੋਪੜ ਜ਼ਿਲ੍ਹੇ 'ਚ ਵੱਡੇ ਪੱਧਰ 'ਤੇ ਇੱਕ ਧਾਂਦਲੀ ਹੋ ਰਹੀ ਹੈ, ਗਲਤ ਕੰਮ ਹੋ ਰਿਹਾ, ਔਰ SSP ਕਿੱਥੇ ਪਰਚਾ ਦੇ ਦੂੰ? SSP ਤਾਂ ਆਪ ਜਿਹੜਾ ਨਾਲ ਰਲ ਗਿਆ, ਗੱਲ ਤਾਂ ਉਹੀ ਹੋਈ, ਬਿੱਲੇ ਨੂੰ ਦੁੱਧ ਦੀ ਰਾਖੀ 'ਤੇ ਬਿਠਾਇਆ, ਤਾਂ ਬਿੱਲਾ ਤਾਂ ਆਪ ਹੀ ਪੈ ਗਿਆ ਦੁੱਧ ਨੂੰ, ਕੰਮ ਤਾਂ ਉਹ ਬਣ ਗਿਆ ਇੱਥੇ। ਔਰ ਇਹ ਚੀਜ਼ ਮੈਂ ਤੁਹਾਨੂੰ FIR ਪੜ੍ਹ ਕੇ ਹੁਣ ਸੁਣਾਉਂਦਾ, ਕਮਾਲ ਦੀ ਗੱਲ ਹੈ, SSP ਸਾਹਿਬ ਤਾਂ ਐਡੇ ਸ਼ਾਤਰ ਨੇ, ਸੋਨੀ ਸਾਹਿਬ, ਇਹਨੇ FIR ਦਰਜ ਕੀਤੀ ਜੀ, ਆ ਜਿਹੜੀ ED ਦੀ ਜ਼ਬਤ ਜ਼ਮੀਨ ਸੀ, FIR ਦਰਜ ਹੋਈ ਹੈ 17, ਇਹ ਬਿਕੋਜ਼ SSP ਇਹ ਕਹੂਗਾ, SSP ਬੜਾ ਸ਼ਾਤਰ ਸੀ, ਜਿਹਦੇ ਨਾਲ ਤਾਂ ਸੈਟਿੰਗ ਨਹੀਂ ਹੁੰਦੀ ਸੀ, ਉੱਤੇ ਵੀ FIR ਕਰ ਦਿੰਦਾ ਸੀ ਕਿ ਆਉਣ ਗੱਲ ਕਰਨ, ਤਾਂ ਫਿਰ ਮੈਂ ਉਹਨਾਂ ਦਾ ਕੰਮ ਚਲਾ ਦੂੰ, ਅਤੇ ਜੇ ਪ੍ਰੈਸ 'ਚ ਰੌਲਾ ਪੈ ਜਾਂਦਾ ਸੀ ਤਾਂ ਵੀ FIR ਦਰਜ ਕਰ ਦਿੰਦਾ ਸੀ, ਮਗਰ ਕਰਦਾ ਕੁਛ ਨਹੀਂ ਸੀ।
17 ਅਕਤੂਬਰ 2023 ਨੂੰ ਆ ਜਿਹੜੀ ਜ਼ਮੀਨ ਹੈ ਜਿਹਦਾ ਹੁਣ ਰੌਲਾ ਪਿਆ ਕਿ ਜਿਹੜੀ ਜ਼ਮੀਨ ਈਡੀ ਕੋਲ ਹੈ ਉਸ ਜ਼ਮੀਨ 'ਤੇ ਮਾਈਨਿੰਗ ਕਿਵੇਂ ਹੋ ਰਹੀ ਆ, ਉਹ ਤਾਂ ਅਟੈਚ ਪ੍ਰੋਪਰਟੀ ਸੀ। FIR ਤਾਂ ਦਰਜ ਕੀਤੀ ਮਗਰ ਹੈ ਏਡੇ ਸ਼ਰਾਰਤੀ, ਐਕਸ਼ਨ ਕੋਈ ਨਹੀਂ ਲਿਆ। ਐਕਸ਼ਨ ਕਿਉਂ ਨਹੀਂ ਲੈਣਾ, ਲਿਆ ਕਿਉਂ ਨਹੀਂ, ਕਿਉਂਕਿ ਮਨਸ਼ਾ ਇਹ ਸੀ ਕਿ ਜਿਹੜੇ ਜੇਲ੍ਹ 'ਚ ਬੈਠੇ ਆ ਉਹਨੇ ਕਿਹਨੇ ਰੋਕਣ ਆ ਜਾਣਾ, ਸਾਡੀ ਖਬਰ ਕਿਹਨੇ ਲਾਉਣੀ ਆ। ਖਬਰ ਤਾਂ ਲਾਉਣ ਵਾਲਾ ਹੀ ਕੋਈ ਨਹੀਂ ਸੀ, ਕਿਉਂਕਿ ਜਿਹੜੀ ਅਟੈਚ ਪ੍ਰੋਪਰਟੀ ਨਾ ਈਡੀ ਨੂੰ ਪਤਾ ਲੱਗਣਾ ਸੀ, ਨਾ ਜੇਲ੍ਹ 'ਚ ਬੈਠਿਆ ਕਿਸੇ ਨੂੰ ਪਤਾ ਲੱਗਣਾ ਸੀ। ਕਿੱਲੀ ਨੱਪ ਦਿਓ, ਪੈਸਿਆਂ ਦੀ ਕਮਾਈ ਕਰ ਲਓ। ਇਹ ਬੰਦਾ ਇਸ ਹੱਦ ਤੱਕ ਡਿੱਗ ਸਕਦਾ ਅਤੇ ਉਹ ਕੀ ਕੁਛ ਨਹੀਂ ਕਰ ਸਕਦਾ। ਔਰ ਤੁਸੀਂ ਪਰਚਾ ਵੇਖੋ ਐਡੀ ਸ਼ਰਾਰਤ ਨਾਲ, ਰੌਲਾ ਤਾਂ ਇਹ ਉਹ ਪਿੰਡ ਦਾ ਨਾਂ ਕੀ ਦੱਸਿਆ, ਨਾਨਗਰਾ ਦਾ, ਅਤੇ FIR 'ਚ ਪਿੰਡ ਲਿਖਤਾ ਭਲੇੜੀ, ਭਲੜੀ ਪਿੰਡ ਹੀ ਹੋਰ ਲਿਖਤਾ, ਸਟੋਨ ਕ੍ਰੈਸ਼ਰ ਦਾ ਵੀ ਨਾਂ ਹੋਰ ਪਾ ਦਿੱਤਾ, ਅਤੇ ਅਖੀਰ 'ਚ ਕਾਰਵਾਈ ਜ਼ੀਰੋ। ਮਾਈਨਿੰਗ ਰੁੱਕ ਕਿਉਂ ਨਹੀਂ ਰਹੀ, ਹਜ਼ਾਰਾਂ ਟਰੱਕ ਨਿਕਲ ਰਿਹਾ ਉਹਨਾਂ ਡੇਲੀ ਬੇਸਿਸ, ਕੀ ਪੁਲਿਸ ਨੂੰ ਦੇਖਦਾ ਨਹੀਂ ਜਾਂ ਪੁਲਿਸ ਦੇਖਣਾ ਨਹੀਂ ਚਾਹੁੰਦੀ। ਬੜੀ ਗੱਲ ਸਪਸ਼ਟ ਹੈ, ਪੱਤਰਕਾਰ ਖਬਰ ਲਾ ਦਿੰਦੇ ਆ ਪੁੱਲ ਡਿੱਗ, ਕੋਈ ਪੁੱਲ ਦੇ ਹਾਲਾਤ ਗੰਭੀਰ ਹੋ ਗਏ, ਡਿੱਗ ਜਾਣਾ ਪੁੱਲ, ਲੋਕ ਜਾ ਕੇ ਜਿੰਨੇ ਪੁੱਲ ਆ ਉਹਦੇ 'ਚ ਕਿਵੇਂ ਪਾਟਕ ਜਿਹਾ ਪਿਆਈ ਜਾਂਦਾ, ਕਿਵੇਂ ਪੁੱਲ ਦੇ ਉਹ ਦੱਸੀ ਜਾਂਦੇ ਆ, ਲੋਕ ਟਿੱਪਰਾਂ ਦੀ ਫੋਟੋ ਲਾਈ ਜਾਂਦੇ ਆ, ਮਗਰ SSP ਸਾਹਿਬ ਨੂੰ ਨਾ ਪੋਰਕਲੇਨ ਲੱਭੇ ਨਾ JCB ਲੱਭਣ। ਔਰ ਇਹੀ ਕਾਰਨ ਹੋਇਆ ਕਿ ਹਾਰ ਕੇ ਹਾਈ ਕੋਰਟ ਦੇ ਜਸਟਿਸ ਸ਼ਰਾਵਤ ਸਾਹਿਬ ਨੇ, ਮੈਂ ਜਿਹੜੀ ਗੱਲ 'ਤੇ ਬਾਰ ਬਾਰ ਕਹਿੰਦਾ ਕਿ ਓਨਰੇਬਲ ਹਾਈ ਕੋਰਟ ਦੇ ਜਸਟਿਸ ਸ਼ਰਾਵਤ ਸਾਹਿਬ ਨੇ ਖਿਚਾਈ ਕੀਤੀ ਹੈ ਸੋਨੀ ਦੀ, ਸੋਨੀ ਸਾਹਿਬ ਨੂੰ ਕੀ ਕਹਿੰਦਾ, ਸਪੈਸੀਫਾਈ ਨੰਬਰ ਆਫ FIR ਫਾਈਲਡ ਇਨ ਰੋਪੜ ਹਾਈ ਕੋਰਟ ਟੂ ਪੰਜਾਬ ਪੁਲਿਸ। ਫਿਰ ਅੱਗੇ ਕੀ ਕਹਿੰਦੇ, ਸਬਮਿਟ ਡਿਟੇਲਸ ਆਫ ਲਾਸਟ 1 ਈਅਰ। ਕਦੇ ਕਿਸੇ SSP ਨੂੰ ਇਹ ਨਹੀਂ ਕਹਿਣਾ ਪਿਆ ਕਿ ਤੁਸੀਂ ਪਿਛਲੇ 1 ਸਾਲ ਦੀ ਆਪਦੀ ਜਿੰਨੀਆਂ ਵੀ, ਮੈਂ ਅੱਗੇ ਪੜ੍ਹ ਦਿੰਦਾ, ਸਬਮਿਟ ਡਿਟੇਲਸ ਆਫ ਆਲ ਕ੍ਰਾਈਮ ਮੀਟਿੰਗਸ। ਤੁਸੀਂ ਇਹ ਦੱਸੋ ਮੈਨੂੰ ਕਿੰਨੇ ਜ਼ਿਲ੍ਹਿਆਂ 'ਚ ਕਿਸੇ SSP ਨੂੰ ਇਹ ਤਾੜਨਾ ਹੋਈ ਹੈ ਹਾਈ ਕੋਰਟ ਤੋਂ ਕਿ ਜਿੰਨੀ ਤੇਰੀ ਕ੍ਰਾਈਮ ਮੀਟਿੰਗ ਨੇ ਉਹਦੀ ਸਾਰੀ ਡਿਟੇਲ ਸਾਨੂੰ ਸਬਮਿਟ ਕਰ, ਕਿਉਂਕਿ ਕੋਰਟ ਨੂੰ ਨਹੀਂ ਭਰੋਸਾ ਰਹਿ ਗਿਆ ਉਹਨਾਂ ਦੀ ਆਫਿਸਰ। ਮਗਰ ਉਸ ਆਫਿਸਰ ਨੂੰ ਅੱਜ ਫੇਰ ਵੱਡਾ ਜ਼ਿਲ੍ਹਾ ਦੇ ਕੇ NRI ਜਿੱਥੇ ਰਹਿੰਦੇ ਆ, ਜਿੱਥੇ ਮਾਈਨਿੰਗ ਦਾ ਦੂਜਾ ਹੱਬ ਘੁਆਉਂਦਾ, ਉੱਥੇ ਜਾ ਕੇ ਉਹਨੂੰ ਡਿਊਟੀ ਦੇ ਦਿੱਤੀ ਕਿ ਪੁੱਤ ਇੱਥੇ ਰੌਲਾ ਵੱਧ ਗਿਆ, ਹੁਣ ਤੂੰ ਜਾ ਕੇ ਉੱਥੇ ਸਾਡੀ ਜ਼ਿੰਮੇਵਾਰੀ ਸਾਂਭ, ਉੱਧਰ ਚਲੇ ਗਿਆ। ਮਗਰ ਹਾਈ ਕੋਰਟ ਕੀ ਕਹਿੰਦਾ, ਸਬਮਿਟ ਡਿਟੇਲਸ ਆਫ ਆਲ ਕ੍ਰਾਈਮ ਮੀਟਿੰਗਸ ਹੈਲਡ ਇਨ ਦਾ ਡਿਸਟ੍ਰਿਕਟ ਇਨ ਲਾਸਟ 1 ਈਅਰ ਐਂਡ ਦਾ ਰੀਜ਼ਨਸ ਫੋਰ ਡਿਲੇ। ਮੈਂ ਫਿਰ ਪੜ੍ਹ ਦਿਆਂ, ਐਂਡ ਦਾ ਰੀਜ਼ਨਸ ਫੋਰ ਡਿਲੇ, ਰੀਜ਼ਨਸ ਫੋਰ ਡਿਲੇ ਇਨ ਨੋਟਿਸਿੰਗ ਦਾ ਫੈਕਟ ਦੈਟ ਓਨਰਸ ਆਫ ਦਾ ਇਨਲੀਗਲ ਮਾਈਨਿੰਗ ਸਾਈਟ ਵਰ ਨੋਟ ਅਰੇਸਟ ਐਜ ਅਕਿਊਜ਼ਡ ਇਨ ਆਲ 14 ਕੇਸਿਸ। ਪਹਿਲੇ SSP ਸਾਹਿਬ ਨੇ ਜਿਨ੍ਹਾਂ ਨੇ ਪਰਚੇ ਦਿੱਤੇ ਮਗਰ ਮਸ਼ੀਨਰੀ 'ਤੇ ਦੇ ਦਿੱਤੇ, ਪੋਰਕਲੇਨ 'ਤੇ ਦੇ ਦਿੱਤੇ, ਜਾਂ ਉਹ ਜਿਹੜਾ ਪਲਾਂਟ ਹੈ ਕੀ ਕਹਿੰਦੇ ਜੀ ਉਹ ਬਜਰੀ ਸੀਮੈਂਟ ਵਾਲਾ ਜਿਹੜਾ ਕਰਸ਼ਰ 'ਤੇ ਦੇ ਦਿੱਤੇ, ਮਾਲਕ ਤੇ ਜਾਂ ਜਿਹੜੇ ਬੰਦੇ ਪਰਚੇ ਦਰਜ ਕਰਦੇ ਉਹ 'ਤੇ ਕੋਈ ਨਹੀਂ। ਅਤੇ ਅਖੀਰ 'ਚ ਹਾਈ ਕੋਰਟ ਨੂੰ ਕਹਿਣਾ ਪਿਆ ਕਿ ਤੂੰ ਟਰੱਕ ਡਰਾਈਵਰ ਨੂੰ ਤਾਂ ਫੜ ਕੇ ਲੈ ਆਉਂਦਾ, ਕੀ ਇਹ ਇਲੀਗਲ ਮਾਈਨਿੰਗ ਕਰ ਰਿਹਾ, ਤੁਸੀਂ ਟਰੱਕ ਡਰਾਈਵਰ 'ਤੇ ਪਰਚਾ ਦਿੰਦੇ ਹੋ। ਵਟ ਅਬਾਊਟ ਦਾ ਬਿਗ ਫਿਸ਼? SSP ਹੈਡ ਨੋ ਆਂਸਰ, ਮਗਰ ਉਸ SSP ਨੂੰ ਫੇਰ ਵੀ ਨਹੀਂ ਬਦਲਿਆ। ਕਿਉਂ ਨਹੀਂ? ਕਿਉਂਕਿ ਕਮਾਊ ਪੁੱਤ ਹੈ। ਔਰ ਅੱਜ ਵੀ
ਇਹ ਐਫ ਆਈ ਆਰ ਪੜ੍ਹਦੀ ਆ। ਮੈਂ ਤੁਹਾਨੂੰ ਚਾਹੁੰਦਾ ਕਲੇਰ ਸਾਹਿਬ ਇੱਕ ਵਾਰੀ ਡਿਟੇਲਸ ਪੜ੍ਹਨਗੇ ਫਿਰ ਤੁਹਾਨੂੰ ਕਲੀਅਰ ਆਊਗਾ ਕਿ ਐਫ ਆਈ ਆਰ 17 ਅਕਤੂਬਰ ਦੀ ਹੋਈ ਹੋਵੇ। ਔਰ ਕਮਾਲ ਦੀ ਗੱਲ ਇਹ ਹੈ ਉਸ ਐਫ ਆਈ ਆਰ 'ਤੇ ਐਕਸ਼ਨ ਕੋਈ ਨਹੀਂ। ਜੇ ਐਕਸ਼ਨ ਹੋਇਆ ਹੁੰਦਾ ਤਾਂ 20 ਤਰੀਕ ਨੂੰ ਆ 20 ਨਵੰਬਰ ਨੂੰ ਫਿਰ ਉੱਥੇ ਕਿੱਥੋਂ ਤਾਜ਼ੇ ਮਾਰਕ ਲੱਭ ਜਾਂਦੇ। ਤੁਸੀਂ ਵੇਖੋ ਮੀਂਹ ਵੀ ਪਿਆ ਨਾ ਵਿੱਚ, ਮੀਂਹ ਵੀ ਪੈ ਗਿਆ, ਮੀਂਹ ਪੈਣ ਨਾਲ ਜਾਂ 2 ਦਿਨ ਹਵਾ ਚੱਲੇ ਨਾਲ ਤਾਂ ਕੋਈ ਨਿਸ਼ਾਨ ਨਹੀਂ ਹੋਣਾ ਚਾਹੀਦਾ ਉੱਥੇ ਗੱਡੀਆਂ ਦਾ, ਮਗਰ ਹੁਣ ਉੱਥੇ ਗੱਡੀਆਂ ਦੇ ਨਿਸ਼ਾਨ ਵੀ ਲੱਭ ਗਏ। ਜਦੋਂ TV 'ਚ ਰੌਲਾ ਪੈ ਗਿਆ, ਇੱਕ ਨਾਮੀ ਚੈਨਲ ਨੇ ਰੌਲਾ ਪਾ ਦਿੱਤਾ, ਉੱਥੇ ਮਿੱਟੀ ਦੇ ਢੇਰ ਵਿਖਾਏ। ਅੱਜ ਜਾ ਕੇ ਸਵੇਰੇ ਵੇਖ ਲਓ ਇੱਕ ਮਿੱਟੀ ਦਾ ਢੇਰ ਨਹੀਂ ਲੱਭਣਾ। ਸਾਰੀ ਸਫਾਈ ਹੋ ਗਈ। ਸਫਾਈ ਕਦੋਂ ਹੋ ਗਈ? ਸੋਨੀ ਸਾਹਿਬ ਦੇ ਜਾਣ ਤੋਂ ਪਹਿਲਾਂ। ਸੋਨੀ ਸਾਹਿਬ ਤਾਂ ਆਪ ਮੈਨੂੰ ਲੱਗਦਾ ਰਾਤ ਦੇ ਹਨੇਰੇ 'ਚ ਟਿੱਪਰ ਚਲਾਉਂਦਾ ਫਿਰਦਾ ਉੱਥੇ, ਮੈਨੂੰ ਤਾਂ ਇਹਦੇ 'ਤੇ ਸ਼ੱਕ ਪੈਂਦਾ। ਇਹ ਕੰਮ 2-in-1 ਹੈ, ਦਿਨੇ ਵਰਦੀ ਰਾਤ ਨੂੰ ਟਿੱਪਰ 'ਤੇ, ਇਹ ਪੋਕਲੇਨ 'ਤੇ ਜਿੰਨੀ ਕਹਿੰਦੇ ਜਾਂਚ ਇਹਨੂੰ ਹੈ ਪੋਕਲੇਨ ਚਲਾਉਣ ਦੀ। SSP ਸੋਨੀ ਨੂੰ ਸ਼ਾਇਦ ਕਿ ਇਹਨੂੰ ਹੈ ਹੀ ਨਹੀਂ।